पुलिस थाना डेरा बाबा नानक के सामने एक परिवार अते उसके हाथ में आई समाजिक जथेबंदी अते कुछ इलाके के लोगों वालों लंबे समय तक धरना प्रदर्शन किया गया अते धरने से बैठी एक औरत का इल्जाम थी कि उसका मोहल्ले में किसी नाल झगड़ा चल रहा है अते उन्होंने परिवार के एक नौजवान वालों उस नाल हत्थी हमला किया गया अते कपड़े पड़ गए अते जाति सूचक शब्द भी आखे गए हैं लेकिन इस बाबत पुलिस नूं शिकायत करन दे बाद भी उसनूं कोई इंसाफ नहीं मिल रहा। इस संबंधी पुलिस थाना डेरा बाबा नानक दे SHO मैडम दिलप्रीत कौर अते पीड़ित परिवार का की कहना है खुद उन्हां दी जबानी सुनते हाँ। ब्यूरो रिपोर्ट आल पंजाब न्यूज। मेरा नाम सोनिया है ते मेरा इतर मतलब के पति आउण दा मेरे पति नूं खिला रहा इन्ना लामा देण दे ही इन्ना खिला रहा इन्ना तो जगोग ने ते उन्हें उहदे मुंडा भी लग गया इस तरह अंदर बार मुंडा खलोता ही अगे पिछे ओहदा प्यो भी खलोता ही ते उहनां इह गल आख्या जे तेरे को काबला नहीं संभाली जांदी असीं आपे संभाल लांगे है मुंडे उहदे ने मेरे हत्थी पै गया आण के दवा दब ये चलो घर नूं चल गए खाधी पीती अपने घर नूं चल गए मैं रोन दी करोन दी इन्ना घर गए ते इन्ना मेरे ते दवा दब छोल देता भाजी ਕੈਰਾਬਾਦ ਜ਼ਿਲ੍ਹਾ ਅੰਮ੍ਰਿਤਸਰ ਜੀ ਸਾਡੀ NGO ਵਾਲਮਿੰਗਨ ਟਾਈਗਰ ਫੋਰਸ ਰਜਿਸਟਰਡ ਸਰ ਜੀ ਸਰ ਸਾਨੂੰ ਨਾ ਸਰ ਕੁਝ ਦਿਨ ਪਹਿਲਾਂ ਤਕਰੀਬ ਮਹੀਨਾ ਹੋ ਗਿਆ ਸਰ ਮਸਲਾ ਸਾਡੇ ਕੋਲ ਆਇਆ ਸੀਗਾ ਸਰ ਕੋਈ ਗਲੀ ਪਵਨ ਧੱਕੇਸ਼ਾਹੀ ਹੋਣ ਡੀ ਆ ਪਿੰਡ ਖੋਦੇ ਬੇਟ ਹਵੇਲੀਆਂ 'ਚ ਛੱਬੀ ਨਵੰਬਰ ਦੀ ਗੱਲ ਆ ਜੀ ਸਰ ਇਹਨਾਂ ਦੇ ਘਰ ਦਰਖਤ ਵੜਤੇ ਆ ਘਰ ਦੇ ਬਾਹਰ ਲੱਗੇ ਸਰ ਜਾਤ ਦੇ ਖਿਲਾਫ਼ ਬੋਲੇ ਇਹਨਾਂ ਦੇ ਅਤੇ ਸਰ ਇੱਟੇ ਰੋੜੇ ਚਲਾਏ ਇਹਨਾਂ ਨੇ ਦਾਤਰ ਮਾਰੇ ਸਰ ਇਹਨਾਂ ਦੇ ਗੇਟਾਂ ਨੂੰ ਟੈਂਕੀ ਭੰਨੀ ਸਰ ਸਰ ਹਾਂ ਸਰ ਉਹਨਾਂ ਦੀ ਓਪੀਡ ਪਾਰਟੀ ਸਰ ਕੋਈ ਕੋਈ ਜਨਰਲ ਕਾਸਟ ਦੇ ਲੋਕ ਸਰ ਸਰ ਨਾਮ ਤੋਂ ਨੌਲੇਜ ਨਹੀਂ ਹੈਗਾ ਸਰ ਤਰਸੇਮ ਸਿੰਘ ਸਰ ਇੱਕ ਦਾ ਨਾਂ ਹੈਗਾ ਜੀ ਸਰ ਬਾਕੀ ਦੇ ਨਾਂ ਸਰ ਬੰਦੇ ਕਾਫੀ ਇੱਕ ਦਾ ਨਾਂ ਹੈਗਾ ਤਰਸੇਮ ਸਿੰਘ ਸਰ ਦਰਖਾਸਤਾਂ ਪਾਈਆਂ ਮੈਡਮ ਨੂੰ ਪਾਈ ਆ ਸਰ ਐਸ ਐਸ ਪੀ ਸਾਹਿਬ ਨੂੰ ਪਾਈ ਡਿਪਟੀ ਸਾਹਿਬ ਨੂੰ ਪਾਈ ਸਰ ਕੋਈ ਕਾਰਵਾਈ ਨਹੀਂ ਹੋਈ ਸਰ ਉਲਟਾ ਮੈਡਮ ਨੇ ਸਰ ਇਹਨਾਂ ਦੇ 750 ਦੇ ਕਲੰਦਰੇ ਬਣਾਤੇ ਆ ਦੋਨਾਂ ਪਾਰਟੀਆਂ ਦੇ ਸਰ ਐਸ ਡੀ ਐਮ ਤੋਂ ਉੱਧਰ ਤੋੜਤਾ ਜੀ ਅਤੇ ਰੁੱਝੇ ਰਹਿਣੇ ਸਰ ਉਸ ਤੋਂ ਬਾਅਦ ਸਰ 10 ਦਿਨ ਬਾਅਦ ਸਰ ਫਿਰ ਨਾ ਸਰ ਅੱਜ ਤੋਂ 10 ਦਿਨ ਬਾਅਦ ਸਰ ਫਿਰ ਨਾ ਇਹਨਾਂ ਦਾ ਨਾ ਇੱਕ ਸਰ ਲੇਡੀਜ਼ ਲੰਘ ਰਹੀ ਸੀ ਉੱਥੋਂ ਗਲੀ 'ਚੋਂ ਸਰ ਉਹਨੂੰ ਰੋਕ ਕੇ ਰਸਤਾ ਰੋਕ ਕੇ ਸਰ ਉਹਦੇ ਕੱਪੜੇ ਫਾੜ ਦਿੱਤੇ ਉਹਨਾਂ ਨੇ ਤਾਂ ਜਿਹੜੀ ਤੁਰੰਤ ਮੈਂ ਮੈਡਮ ਨੂੰ ਕਾਲ ਕੀਤੀ ਕਿ ਮੈਡਮ ਜੀ ਆਹ ਕੰਮ ਹੋਇਆ ਵਾ ਕੱਪੜੇ ਪਾੜਿਆ ਮੈਡਮ ਨੂੰ ਵੀਡੀਓ ਫੋਟੋ ਪਾਈਆਂ ਸਰ ਕੋਈ ਕਾਰਵਾਈ ਨਹੀਂ ਕੀਤੀ ਸਰ ਅਸੀਂ 5-6 ਵਾਰ ਇੱਥੇ ਆ ਚੁੱਕੇ ਇਸ ਮਸਲੇ 'ਚ ਸਰ ਮੈਡਮ ਕੋਈ ਸੁਣਵਾਈ ਨਹੀਂ ਕਰਦਾ ਸਰ ਮੈਡਮ ਜੀ ਵੇਅਰ ਟੋਕਿੰਗ ਵੀ ਠੀਕ ਨਹੀਂ ਹੈਗੀ ਕਿਵੇਂ ਸਰ ਮੈਡਮ ਜਨ ਕਹਿੰਦੇ ਆ ਕਿ ਉਹਨੇ ਕਾਰਵਾਈ ਕਰਨੀ ਚੌਂਕੀ ਧਰਮਕੋਟ ਵਾਲਿਆਂ ਨੇ ਸਰ ਆਪਾਂ ਐਂ ਕਿ ਮੈਡਮ ਜੀ ਤੁਸੀਂ ਜੋ ਵੀ ਨਿਆਂ ਉਹ ਨਹੀਂ ਦਿੰਦਾ ਤੁਸੀਂ ਨਿਆਂ ਦਿਓ ਸਾਨੂੰ ਸਰ ਕੋਈ ਨਿਆਂ ਨਹੀਂ ਮਿਲਦਾ ਸਾਨੂੰ ਮੈਡਮ ਦਾ ਸਰ ਅੱਗੋਂ ਸਾਨੂੰ ਕੋਆਪਰੇਟ ਨਹੀਂ ਕਰਦੇ ਸਰ ਕੋਈ ਕੋਆਪਰੇਟ ਨਹੀਂ ਕਰਦੇ ਜੀ ਪੁਲਿਸ ਦੇ ਢਿੱਲੀ ਕਾਰਵਾਈ ਨੂੰ ਫਿਰ ਤੁਸੀਂ ਦਿਸਾ ਦੇਖ ਰਹੇ ਹੋ ਸਰ ਬਹੁਤ ਹੀ ਮਾੜਾ ਜੀ ਬਹੁਤ ਮਾੜਾ ਹੈ ਸਰ ਅਸੀਂ ਤਾਂ ਅੱਜ ਪੂਰੀ ਤਿਆਰੀ ਕਰਕੇ ਆਏ ਕਿ ਆਪਾਂ ਅੱਜ ਥਾਣਾ ਮੱਲ ਕੇ ਬਹਿਣਾ ਵਾ ਸਰ ਕਿਉਂਕਿ ਸਾਨੂੰ ਬਿਲਕੁਲ ਇਨਸਾਫ਼ ਨਹੀਂ ਮਿਲ ਰਿਹਾ ਸਰ ਬਿਲਕੁਲ ਵੀ ਇਨਸਾਫ਼ ਜਿੱਥੇ ਹੁੰਦਾ ਨਾ ਕਿ ਇੱਕ ਫੰਡ ਇਨਸਾਫ਼ ਨਹੀਂ ਮਿਲਿਆ ਸਰ ਅਸੀਂ ਜਿੱਥੇ ਸੰਬੰਧੀ ਆਪਾਂ ਸਰ ਅੱਜ ਤੇ ਫਿਰ ਬੂਹਾ ਮੱਲ ਕੇ ਬਹਿਣਾ ਬਹਿਣਾ ਆਪਾਂ ਥਾਣੇ 'ਚ ਹਾਂਜੀ ਸਰ ਸਰ ਸ਼ਾਂਤ ਵੀ ਬਹਾਂਗੇ ਆਪਾਂ ਮੈਡਮ ਨਾਲ ਗੱਲ ਕੀਤੀ ਹੁਣ ਸਰ ਮੈਡਮ ਨਾਲ ਕੀਤੀ ਗੱਲ ਮੈਡਮ ਕਹਿੰਦੇ ਹੈ ਨਹੀਂ ਆ ਹੁਣ ਦਰਵਾਜ਼ਾ ਬੰਦ ਕੀਤਾ ਹੋਇਆ ਜੀ ਥਾਣੇ ਤੋਂ ਦਰਵਾਜ਼ਾ ਬੰਦ ਕੀਤਾ ਤੁਹਾਨੂੰ ਵੇਖ ਕੇ ਕੀਤਾ ਸਰ ਇਹ ਤਾਂ ਕੁਝ ਕਹਿ ਨਹੀਂ ਸਕਦੇ ਮੁਲਾਜ਼ਮ ਕਹਿੰਦੇ ਮੈਡਮ ਹੈ ਨਹੀਂ ਆ ਸਰ ਹੁਣ ਦੇਖੋ ਥਾਣੇ ਦਾ ਮੇਨ ਗੇਟ ਬੰਦ ਸਰ ਮੇਨ ਗੇਟ ਸਰ ਮੇਨ ਗੇਟ ਬੰਦ ਹੈ ਜੀ ਥਾਣੇ ਦਾ ਹੋਇਆ ਜਿਹੜਾ ਕਿ ਆਪਣੇ ਕੋਲੋਂ ਹੈਗਾ ਪਿੰਡ ਖੋਦੇਵੇਟ ਤੋਂ ਇੱਕ ਲੇਡੀ ਦੀ ਦਰਖਾਸਤ ਆਈ ਸੀ ਜੀ ਉਹਨੂੰ ਅਸੀਂ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਉਹਨਾਂ ਦਾ ਥੋੜਾ ਲੜਾਈ ਚੱਲੇ ਦਾ ਸੀਗਾ ਪ੍ਰੀਵੈਂਟਿਵ ਐਕਸ਼ਨ ਅਸੀਂ ਉਹਨਾਂ ਦੇ ਖਿਲਾਫ ਲਿੱਤਾ ਸੀਗਾ ਆਫਟਰ ਦੈਟ ਉਹਨਾਂ ਦਾ ਕੋਈ ਸਿਵਲ ਮੈਟਰ ਹੈ ਜ਼ਮੀਨ ਦਾ ਝਗੜਾ ਜਿਹੜਾ ਪੰਚਾਇਤ ਦੀ ਜਗ੍ਹਾ ਤੇ ਉਹਦੇ ਰਿਗਾਰਡਿੰਗ ਵੀ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਤੇ ਹੁਣ ਇਹ ਜਿਹੜੀ ਲੇਡੀ ਹੈ ਸੋਨੀਆ ਹੈ ਬਾਰ ਬਾਰ ਦਰਖਾਸਤਾਂ ਦੂਸਰੀ ਪਾਰਟੀ ਤੇ ਪ੍ਰੈਸ਼ਰ ਬਣਾਉਣ ਦੇ ਲਈ ਬਾਰ ਬਾਰ ਦਰਖਾਸਤਾਂ ਦੇ ਰਹੀ ਸੀਗੀ ਤੇ ਉਹਨਾਂ ਅਸੀਂ ਵੈਰੀਫਾਈ ਕਰਿਆ ਇਵੇਂ ਦੀ ਕੋਈ ਗੱਲ ਨਹੀਂ ਨਿਕਲੀ ਈਵਨ ਉਹਦੇ ਹਸਬੈਂਡ ਨੇ ਵੀ ਬਿਆਨ ਦਿੱਤਾ ਕਿ ਜੋ ਵੀ ਇਹ ਦਰਖਾਸਤਾਂ ਲਈ ਵਾਈਫ ਦੇ ਰਹੀ ਹੈ ਇਹ ਸਭ ਦੂਸਰੀ ਪਾਰਟੀ ਨੂੰ ਪ੍ਰੈਸ਼ਰਾਈਜ਼ ਕਰਨ ਲਈ ਕਿਉਂਕਿ ਇੱਕ ਪਾਸੇ ਪੰਚਾਇਤ ਦੀ ਜ਼ਮੀਨ ਆ ਦੂਸਰੀ ਪਾਰਟੀ ਨੇ ਕੇਸ ਕੀਤਾ ਹੋਇਆ ਕਿ ਪੰਚਾਇਤ ਦੀ ਜ਼ਮੀਨ ਹੈ ਤੇ ਇਹਨਾਂ ਨੇ ਇੱਥੇ ਘਰ ਬਣਾਏ ਹੋਏ ਆ ਉਹ ਤਾਂ ਕੋਰਟ ਦਾ ਮੈਟਰ ਹੋ ਗਿਆ
ਸਾਡਾ ਕ੍ਰਿਮੀਨਲ ਮੈਟਰ ਉਹਦੇ ਚ ਕੋਈ ਨਹੀਂ। ਪਰ ਉਹਨਾਂ ਦਾ ਇਹ ਕਹਿਣਾ ਵਾ ਕਿ ਜਿਹੜਾ ਮੇਰੇ ਘਰ ਵਾਲੇ ਕੋ ਬਿਆਨ ਦਵਾਏ ਗਏ ਉਹ ਇੱਕ ਬਿਲਕੁਲ ਪੁਲਿਸ ਨੇ ਜਬਤ ਕੀਤੀ ਮੇਰੇ। ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹਦੇ ਹਸਬੰਡ ਨੇ ਖੁਦ ਬਿਆਨ ਦਿੱਤੇ, ਤੁਸੀਂ ਉਹਦੇ ਹਸਬੰਡ ਨੂੰ ਵੀ ਇਹ ਚੀਜ਼ ਪੁੱਛ ਸਕਦੇ ਹੋ। ਬਾਕੀ ਇਹਨਾਂ ਦਾ ਕੋਰਟ ਦਾ ਮੈਟਰ ਚੱਲ ਰਿਹਾ, ਕ੍ਰਿਮੀਨਲ ਮੈਟਰ ਨਹੀਂ ਹੈਗਾ, ਸਿਵਲ ਮੈਟਰ ਹੈ। ਉਹਨਾਂ ਕਹਿੰਦੇ ਜੇ ਆਪਾਂ ਜਾਤੀ ਸੂਤ ਤੇ ਜਿਹੜੇ ਆਪਾਂ ਸ਼ਬਦ ਬੋਲੇ ਗਏ ਉਹਨਾਂ ਦੇ ਕੱਪੜੇ ਪੜੇ ਗਏ। ਇਹ ਭਾਜੀ ਇਹ ਬਾਰ-ਬਾਰ ਦੂਸਰੀ ਪਾਰਟੀ ਦੇ ਪ੍ਰੈਸ਼ਰਾਈਜ਼ ਬਣਾਉਣ ਲਈ ਇਸ ਬਾਰੇ ਅਸੀਂ ਵੈਰੀਫਾਈ ਕਰ ਚੁੱਕੇ ਹਾਂ। ਇਵਨ ਪ੍ਰੋਪਰ ਡੀਡੀਆਰ ਐਂਟਰੀ ਸਾਡੇ ਕੋਲ ਹੈਗੀ, ਪ੍ਰੋਪਰ ਵੈਰੀਫਿਕੇਸ਼ਨ ਹੈ, ਇਵੇਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ। ਕਿਹੜਾ ਪਰਚਾ 75 ਦੋਨਾਂ ਤੇ ਨਾਲ ਕੀਤੀ? ਹਾਂਜੀ 75 ਕੀਤੀ ਹੈ। ਉਹਦੇ ਰਿਗਾਰਡਿੰਗ ਐਸਡੀਐਮ ਨੇ ਇਹਨਾਂ ਨੂੰ ਨੋਟਿਸ ਵੀ ਕੱਢੇ ਹੋਏ ਆ, ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਔਰ ਇਹਨਾਂ ਨੂੰ ਬੁਲਾਇਆ ਵੀ ਗਿਆ। ਕਿਹੜਾ ਕਿਸ ਤੱਕ ਆ ਸਾਡੇ ਨਾਲ ਤੇ ਪਰਚਾ ਵੀ ਸਾਡੇ ਤੇ ਹੋਇਆ? ਪਰਚਾ ਨਹੀਂ ਹੈਗਾ ਜੀ, ਪ੍ਰੀਵੈਂਟਿਵ ਐਕਸ਼ਨ ਆ ਕਿ ਅੱਗੇ ਜਾ ਕੇ ਇਹਨਾਂ ਦੀ ਕੋਈ ਲੜਾਈ ਨਾ ਹੋ ਦੋਨੋਂ ਪਾਰਟੀਆਂ ਦੇ ਨਾਲ।